99 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਲੱਗਦਾ ਹੈ ਹੁਣ ਖਤਮ ਹੋਣ ਦੀ ਕਗਾਰ 'ਤੇ ਆ ਚੁੱਕੀ ਹੈ। ਅਗਰ ਇੱਥੇ ਇਹ ਕਿਹਾ ਜਾਵੇ ਕਿ ਹੁਣ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਹੈ ਕਿ ਉਹਨਾਂ ਦੀ ਲੀਡਰਸ਼ਿਪ ਵਿੱਚ ਪਾਰਟੀ ਕੁਝ ਵੀ ਕਰ ਸਕਦੀ ਹੈ ਜਾਂ ਕੋਈ ਵੀ ਇਤਿਹਾਸ ਰਚ ਸਕਦੀ ਹੈ ਤਾਂ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ। ਪਿਛਲੇ ਲੰਬੇ ਚਿਰ ਤੋਂ ਚੱਲ ਰਹੀ ਅੰਦਰੂਨੀ ਟਸਲਬਾਜ਼ੀ ਨੇ ਐਤਵਾਰ ਨੂੰ ਹੋਰ ਸਿਆਸਤ ਗਰਮਾ ਦਿੱਤੀ ਜਦੋਂ ਟਕਸਾਲੀ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ। ਹੁਣ ਇਸਦਾ ਅਸਰ ਕੀ ਹੋਵੇਗਾ, ਦੇਖੋ ਇੱਕ ਖਾਸ ਰਿਪੋਰਟ। ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕਰਨ ਵਾਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਤੋਂ ਸੀਨੀਅਰ ਆਗੂ ਡਾਕਟਰ ਰਤਨ ਸਿੰਘ ਅਜਨਾਲਾ ਨੂੰ ਪਾਰਟੀ ਨੇ ਬਾਹਰ ਕਰ ਦਿੱਤਾ ਹੈ। ਸੇਵਾ ਸਿੰਘ ਸੇਖਵਾਂ ਤੋਂ ਬਾਅਦ ਅਕਾਲੀ ਦਲ ਵਿੱਚੋਂ ਦੋ ਹੋਰ ਟਕਸਾਲੀ ਆਗੂਆਂ ਦੀ ਛੁੱਟੀ ਹੋ ਗਈ ਹੈ। ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਰ ਕਮੇਟੀ ਵਿੱਚ ਲੀਡਰ ਸਾਹਿਬਾਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਖੁੱਲ੍ਹ ਕੇ ਚਰਚਾ ਹੋਈ। ਭਰੇ ਮਨ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਹਨਾਂ ਦੇ ਪੁੱਤਰ ਰਵਿੰਦਰ ਸਿੰਘ, ਰਤਨ ਸਿੰਘ ਅਜਨਾਲਾ ਅਤੇ ਉਹਨਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਗਿਆ। ਇੱਕ ਮੈਂ ਵੀ ਗੱਲ ਬੜੇ ਭਰੇ ਮਨ ਨਾਲ ਕਹਿਣਾ ਚਾਹੁੰਦਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਕੋਈ ਸੀਨੀਅਰ ਲੀਡਰ ਸਾਹਿਬਾਨ ਵੱਲੋਂ ਕਾਫੀ ਕੁਛ ਪਾਰਟੀ ਦੇ ਖਿਲਾਫ ਜਿਹੜਾ ਉਹ ਲਗਾਤਾਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ, ਭਾਵੇਂ ਬਹੁਤ ਵੱਡਾ ਮਾਣ ਪਾਰਟੀ ਵੱਲੋਂ ਹਮੇਸ਼ਾ ਉਹਨਾਂ ਨੂੰ ਸਮੇਂ ਸਮੇਂ ਦਿੱਤਾ ਗਿਆ। ਅੱਜ ਉਹ ਸਾਰਾ ਹੀ ਇਸ਼ੂ ਜਿਹੜਾ ਵਿਸਤਾਰ ਦੇ ਵਿੱਚ ਕਮੇਟੀ ਦੇ ਵਿੱਚ ਹੋਰ ਕਮੇਟੀ ਦੇ ਵਿੱਚ ਖੁੱਲ੍ਹ ਕੇ ਜਿਹੜਾ ਡਿਸਕਸ ਹੋਇਆ, ਜਿਹਦੇ ਵਿੱਚ ਇਸ ਚੀਜ਼ ਦਾ ਉਲੇਖ ਵੀ ਹੋਇਆ ਕਿ ਸਮੇਂ ਸਮੇਂ ਪਾਰਟੀ ਦੇ ਵਿੱਚ ਉਹਨਾਂ ਲੀਡਰ ਸਾਹਿਬਾਨ ਦਾ ਕੀ ਰੋਲ ਰਿਹਾ ਔਰ ਪਾਰਟੀ ਨੇ ਕਿੱਡੇ ਵੱਡੇ ਮਾਣ ਉਹਨਾਂ ਨੂੰ ਦਿੱਤੇ। ਲੇਕਿਨ ਜੋ ਕੁਛ ਭਾਸ਼ਾ, ਜੋ ਕੁਛ ਪਾਰਟੀ ਵਿਰੋਧੀ ਗਤੀਵਿਧੀਆਂ ਉਹਨਾਂ ਨੇ ਕੀਤੀਆਂ, ਸਾਰੀ ਕਮੇਟੀ ਨੇ ਬੜੇ ਭਰੇ ਮਨ ਨਾਲ ਫੈਸਲਾ ਲੈ ਕੇ ਅਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ, ਡਾਕਟਰ ਰਤਨ ਸਿੰਘ ਅਜਨਾਲਾ ਸਾਹਿਬ ਨੂੰ, ਸਰਦਾਰ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਸਾਬਕਾ MLA ਪਾਰਟੀ ਦੇ, ਔਰ ਅਮਰਪਾਲ ਸਿੰਘ ਬੋਲੀ ਅਜਨਾਲਾ, ਉਹਨਾਂ ਨੂੰ ਪਾਰਟੀ ਤੋਂ ਐਕਸਪੈਲ ਕਰਨ ਦਾ ਜਿਹੜਾ ਉਹ ਕੋਰ ਕਮੇਟੀ ਨੇ ਅੱਜ ਦਾ ਫੈਸਲਾ ਕੀਤਾ। ਅਜਨਾਲਾ ਅਤੇ ਬ੍ਰਹਮਪੁਰਾ ਵੀ ਸੇਵਾ ਸਿੰਘ ਸੇਖਵਾਂ ਨਾਲ ਸੁਰ ਵਿੱਚ ਸੁਰ ਮਿਲਾ ਰਹੇ ਸਨ। 2007 ਤੋਂ 2017 ਤੱਕ ਪੰਜਾਬ ਦੀ ਸੱਤਾ 'ਤੇ ਅਕਾਲੀ ਦਲ ਕਾਬਜ਼ ਰਹੀ ਅਤੇ ਇਸੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਵੀ ਹੋਈ। ਸੱਤਾ ਦੇ 10 ਸਾਲਾਂ ਵਿੱਚ ਜੋ ਕੁਝ ਹੋਇਆ ਉਸ ਲਈ ਇਹਨਾਂ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਦੀ ਵੀ ਮੰਗ ਕੀਤੀ ਸੀ। ਪਾਰਟੀ ਤੋਂ ਛੁੱਟੀ ਹੋਈ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੜ ਉਹੀ ਗੱਲ ਕਹੀ, ਅਸੀਂ ਪਾਰਟੀ ਖਿਲਾਫ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਂਭਾ ਕੀਤਾ ਜਾਵੇ। ਸਾਰਿਆਂ ਨੂੰ ਪੁੱਤਰ ਪਿਆਰੇ ਹੁੰਦੇ ਹਨ ਪਰ ਬਾਦਲ ਸਾਹਿਬ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ। ਰਤਨ ਸਿੰਘ ਅਜਰਾਨਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫ਼ੀ ਅਤੇ ਬਰਗਾੜੀ ਕਾਂਡ ਬਾਰੇ ਅਸੀਂ ਆਵਾਜ਼ ਚੁੱਕੀ, ਅਸੀਂ ਲੋਕਾਂ ਅੱਗੇ ਸੱਚੀ ਗੱਲ ਕੀਤੀ ਹੈ ਅਤੇ ਆਪਣੀ ਲੜਾਈ ਜਾਰੀ ਰੱਖਾਂਗੇ। ਹਾਂਜੀ, ਅਤੇ ਹੁਣ ਤੱਕ ਜਿੰਨੇ ਵੀ ਉਹਨੇ ਫੈਸਲੇ ਲਏ ਆ ਗਲਤ ਲਏ, ਹਾਂਜੀ, ਉਹਦੇ ਗਲਤ ਫੈਸਲਿਆਂ ਨਾਲ ਹੀ ਸਾਡੇ ਅਕਾਲੀ ਦਲ ਦਾ ਨੁਕਸਾਨ ਹੋਇਆ। ਉਹਨੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕੀਤਾ, ਉਹਨੇ ਸਾਰਿਆਂ ਨੂੰ ਗਲਤ ਮਾਫ਼ ਕੀਤਾ। ਇਹ ਸਾਡੀਆਂ ਦੋ ਰੋਲਸ ਸਨ ਅਤੇ ਇਹ ਉਹ ਸੋਚਦੇ ਆ ਵੀ ਜਿਹੜਾ ਅਸੀਂ ਸੱਚ ਲੋਕਾਂ ਅੱਗੇ ਲਿਜਾਉਂਦੇ ਹਾਂ ਉਹ ਸੱਚ ਨਾ ਪਹੁੰਚੇ, ਸੱਚ ਤਾਂ ਲੋਕਾਂ ਨੂੰ ਪਹੁੰਚ ਗਿਆ, ਅਗਲੇ ਕਿਸੇ ਨੂੰ ਪੁੱਛਿਆ ਨਹੀਂ। ਉਹ ਸਮਝਦਾ ਸੀਗਾ ਅਕਾਲੀ ਦਲ ਸਾਡੇ ਜੇ ਵਿੱਚ ਆ, ਇਹਨਾਂ ਕਿਹੜਾ ਬੋਲਣਾ। ਬਿਕਰਮ ਮਜੀਠੀਆ ਦਾ ਕੱਦ ਕਿਵੇਂ ਉੱਚਾ ਆਇਆ ਜੀ ਰਾਜਨੀਤੀ? ਉਹ ਬਿਕਰਮ ਯਾਰ, ਤੂੰ ਕਿਸੇ ਦਾ ਸਾਲਾ ਹੋਏਗਾ ਤਾਂ ਤੇਰਾ ਵੀ ਕਰ ਦਿਆਂਗੇ। ਨਹੀਂ ਉਹ ਫਿਰ ਗੱਲ ਦੱਸੋ ਨਾ, ਉਹ ਸਾਲਾ ਹੀ ਕਰਕੇ ਹੋਇਆ, ਹੋਰ ਕੀ ਹੋਇਆ ਉਹਦਾ? ਜੋ ਸਾਲਾਨਾ ਹੁੰਦਾ ਤਾਂ ਇੰਨਾ ਕਰਨਾ ਕਿੱਥੇ ਹੋਣਾ ਸੀਗਾ, ਜੋ ਕੁੜੀ ਉਹਨਾਂ ਦੇ ਘਰ ਨਾ ਉੱਥੇ ਵਿਆਹੀ ਹੁੰਦੀ ਅਤੇ ਬਿਕਰਮ ਹੋਰ MLA ਬਣਨਾ ਸੀ। ਪਹਿਲੇ ਤਾਂ ਮੈਂ ਉਹ ਪਰਿਵਾਰ ਛੱਡ ਕੇ ਚਲਾ ਗਿਆ ਸੀਗਾ ਇੱਥੋਂ। ਅੱਛਾ, ਕਾਰਨ ਕੀ ਸੀ ਪਰਿਵਾਰ ਛੱਡਣ ਦਾ? ਜਿਹੜਾ ਬੰਦਾ ਧੋਖੇਬਾਜ਼ ਹੋਵੇ ਉਹਨੂੰ ਲੋਕ ਰਹਿਣ ਦਿੰਦੇ ਆ, ਇਹਨਾਂ ਧੋਖਾ ਕੀਤਾ ਸਿੱਖ ਕੌਮ ਨਾਲ, ਅੰਗਰੇਜ਼ਾਂ ਦੇ ਪੇਠੂ ਰਹੇ ਆ, ਕਾਂਗਰਸ ਦੇ ਪੇਠੂ ਰਹੇ ਆ, ਕਾਂਗਰਸ ਦੀਆਂ ਇਲੈਕਸ਼ਨਾਂ ਇਹਦਾ ਦਾਦਾ ਲੜਦਾ ਰਿਹਾ ਸਾਡੇ ਇੱਥੋਂ ਅੰਮ੍ਰਿਤਸਰ ਜ਼ਿਲ੍ਹੇ 'ਚ। ਅਤੇ ਹੁਣ ਤੁਹਾਡੇ ਅਗਲਾ ਰਣਨੀਤੀ ਕੀ ਹੋਏਗੀ? ਰਣਨੀਤੀ ਤਾਂ ਸੇਵਾ ਕਰਨੀ ਲੋਕਾਂ ਦੀ, ਲੋਕਾਂ 'ਚ ਰਹਿਣਾ, ਉਹ ਸਾਡੀ ਰਣਨੀਤੀ ਸ਼ੁਰੂ ਤੋਂ ਇਹ, ਹੁਣ ਵੀ ਇਹੋ ਹੀ ਆ। ਅਕਾਲੀ ਦਲ ਦਾ ਪਾਠ ਸਮਝਦੇ ਹੋ ਆਪਣੇ ਆਪ ਨੂੰ? ਹੋਰ, ਅਕਾਲੀ ਦਲ ਤੋਂ ਅਸੀਂ ਬਾਹਰ ਹਾਂ, ਉਹਨਾਂ ਨੇ ਬਾਹਰ ਕਰਤਾ ਨਾ? ਉਹ ਬਾਹਰ ਹੈ, ਜਿਹਨੂੰ ਮਰਜ਼ੀ ਕੋਈ ਕੱਢ ਦੇ, ਜਿਹਨੂੰ ਮਰਜ਼ੀ ਰੱਖ, ਅਸੀਂ ਇਹ ਚੀਜ਼ 'ਤੇ ਬਿਲੀਵ ਨਹੀਂ ਕਰਦੇ। ਮੈਂ ਕਿਹੜਾ ਵੇਚਾਂ ਜਿਹੜੀ ਲਈ ਆ ਕਿਤੇ? ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹਨਾਂ ਮੈਂ ਨਹੀਂ ਕਹਿੰਦਾ, ਉਹਨਾਂ ਦੇ ਪਰਿਵਾਰ ਦਾ ਮਸਲਾ ਮੈਨੂੰ ਨਹੀਂ ਪਤਾ। ਆਉਣ ਵਾਲੇ ਟਾਈਮ 'ਚ ਜੇਕਰ ਅਕਾਲੀ ਦਲ ਜਿਹੜੇ ਟਿਕਟਾਂ ਵੰਡੇਗਾ ਉਹਨਾਂ ਵਿਰੋਧ ਕਰੋ?
वो मेरी गल को टाइम आऊगा वेखांगे नवा अकाली दल बनाना ओए कोई गल नहीं पहला ही पार्टी विचों कढे गए सेवा सिंह सेखवां मुड़ बोले अते कहा सुखबीर सिंह बादल तुसी पार्टी लई की किता मजीठिया आदेश प्रताप सिंह ते हरसिमरत कौर ने केड़ी कुर्बानियां दित्तियां असी पार्टी विचों बाहर नहीं होवांगे सगो पार्टी नू 15 सीटां उत्ते लियाउण वालियां नू बाहर कढांगे सुखबीर बादल दी क्वालिटी यही है कि वह प्रकाश सिंह बादल दे पुत्र हैं पार्टी विचों कढ़े जाण तो बाद सेखवां ने कहा सी कि पार्टी तो बाहर उन्हां लोकां नू भेजिया जाएगा जो अकाली दल के माड़े हालात लई जिम्मेवार हैं सेखवां ने बयान दिता ही सी कि इस मगरों अकाली दल ने भी एक बयान जारी किया कि सेखवां नू पार्टी की मुढ़ली मैंबरशिप तो बर्खास्त किया जाता है अकाली दल वालों बयान जारी करके पार्टी वालों कहा गया सी कि यह कार्रवाई सेखवां वालों पार्टी विरोधी कम्मां की वजह नाल कीती गई है मौका प्रस्त सेखवां लगातार चार चोणा हार चुके हैं अते हुण अपनी पार्टी दी पिट विच खंजर मार रहे हैं इस तो पहला श्रोमणी अकाली दल तो नाराज चल रहे सीनियर लीडरां नूं मनाउण लई अते पार्टी विच संकट दूर करन लई पार्टी प्रधान सुखबीर सिंह बादल ने प्रधानगी भी छड्डण की पेशकश की सी उन्होंने कहा सी कि पार्टी जेकर प्रधानगी लई किसी होर नूं मौका देवेगी तो मैं सेवा मुक्त होण लई तैयार हाँ पार्टी सब तो वड्डी है कोई शख्स पार्टी तो वड्डा नहीं पार्टी दे सीनियर लीडर साडे बुजुर्ग हन मैं उन्हां दे पैरी हाथ वी लाउणा हुण पार्टी दी कोर कमेटी जां कह लो सुखबीर सिंह बादल वल्लों बागियां खिलाफ लिता गया फैसला पार्टी लई किन्ना क कारगर साबित होवेगा ऐ तां आउण वाला समां ही दसेगा लेकिन एक गल जरूर स्पष्ट हो गई है कि हुण जो कोई भी सुखबीर सिंह बादल खिलाफ झंडा चुकण दी गल कहेगा उसनूं इसे तरह पार्टी विचों बाहर कर दिता जाएगा न्यूज़ डेस्क तो प्रबानिया ने जा साझा टीवी।